आम आदमी पार्टी के हलका विधायक सरदार सरवण सिंह धुन ने अज अपने दफ्तर रेस्ट हाउस खालड़ा विखे लोगों दियां मुश्किलां सुनियां। इस मौके एकत्र होए हलका खेमकरन के वक् वक् पिंडां तों लोगों ने अपनियां समस्यावां सरवण सिंह धुन नाल सांझियां कीतियां अते सरदार सरवण सिंह धुन ने विश्वास दवाया कि उन्हां दियां मुश्किलां जल्दी ही हल कीतियां जाणगियां अते मौके ते ही अधिकारियों नूं फोन भी कीते जो मुश्किलां हल होण वालियां सी उन्होंने तुरंत अधिकारियों नूं फोन करके हल करन दे हुकम दित्ते। इस मौके ते वक् वक् पिंडां तों आए हुए लोगों ने की कहा तुसीं आप सुनो अते मौके दियां तस्वीरां देखो। ਕੀ ਨਾਮ ਵੀਰ ਜੀ? ਸ਼ਮਸ਼ੀਰ ਸਿੰਘ ਆਪਣਾ ਨਾਮ। ਕਿਹੜਾ ਪਿੰਡ? ਕਾਲੀਏ ਤੋਂ ਪਿੰਡ ਤੋਂ ਆਏ ਹਾਂ। ਅੱਜ ਤੁਸੀਂ ਆਏ ਜੇ ਖਾਲੜਾ ਰੈਸਟ ਹਾਊਸ ਦੇ ਵਿੱਚ? ਹਾਂਜੀ। ਤੇ ਕੀ ਜਿਹੜੀ ਆ ਮੁਸ਼ਕਲਾਂ ਲੈ ਕੇ ਆਏ ਤੇ ਕੀ ਕਹਿਣਾ ਤੁਹਾਡਾ? ਆ ਜਿਹੜੇ ਆਏ ਆ ਜੀ ਮੁਸ਼ਕਲਾਂ ਹੀ ਲੈ ਕੇ ਆਏ, ਸਾਰੀਆਂ ਦੁੱਖ ਤਕਲੀਫਾਂ ਹੀ ਲੈ ਕੇ ਆਏ। ਤਕਲੀਫਾਂ ਸਾਨੂੰ ਕਾਫੀ ਨੇ। ਤਕਰੀਬਨ ਜਿਹੜੇ ਵੀ ਆ ਕਿਸਾਨ ਪਰਿਵਾਰ ਨਾਲ ਸੰਬੰਧਿਤ, ਕੋਈ ਗਰੀਬ ਮਜ਼ਦੂਰੀ ਸੰਬੰਧਿਤ ਆ। ਤਕਰੀਬਨ ਜਿਹੜੀ ਸ਼ੁਰੂਆਤ ਆ ਜਿਹੜੀ ਗਰੀਬੀ ਦੀ ਮਾਰ, ਜਾਂ ਮੰਨ ਲਓ ਕਿ ਆਟਾ ਦਾਲ ਦੀ ਸਕੀਮ ਆ, ਕਈਆਂ ਨੂੰ ਤਾਂ ਕਾਰਡ ਵੀ ਨਹੀਂ ਹੈਗੇ ਜੀ। ਕੁਝ ਇਹੋ ਜਿਹੀਆਂ ਸਮੱਸਿਆਵਾਂ ਆ ਕਿ ਸਾਡੇ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਆ ਉਹ ਆਪਣਾ ਠੇਕਾ ਬੇਸ 'ਤੇ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਉਹ ਰੈਗੂਲਰ ਨਹੀਂ ਹੈਗੇ ਜੀ। ਦੂਜੀ ਗੱਲ ਹੋਰ ਆ ਕਿ ਸਾਡੇ ਪਟਵਾਰੀ ਕੋਈ ਨਹੀਂ ਜੀ ਗੇੜਾ ਮਾਰਦਾ, ਜਾਂ ਜਿੱਥੇ ਕਿ ਤਹਿਸੀਲ ਦੇ ਵਿੱਚ ਜਾਂ ਪਟਵਾਰਖਾਨੇ ਬਹਿੰਦਾ ਤਾਂ ਉੱਥੇ ਬੰਦਾ ਕੋਈ ਨਹੀਂ ਜੇ ਬਹਿੰਦਾ, ਪੱਕਾ ਪਟਵਾਰੀ ਸਾਡੇ ਕੋਈ ਨਹੀਂ ਗਾ। ਤਹਿਸੀਲਦਾਰ ਦੇ ਸਾਨੂੰ ਪੁੱਛਣਾ ਕੰਮ ਆ, ਜਾਂ ਕਿਸੇ ਨੇ ਬੱਚੇ ਨੇ ਸਰਟੀਫਿਕੇਟ ਹੀ ਬਣਾਉਣਾ ਵਾ ਤਾਂ ਉਹ ਬੰਦੇ ਵਾਸਤੇ ਵੀ ਸਾਨੂੰ ਤਹਿਸੀਲਦਾਰ ਨਹੀਂ ਮਿਲਦਾ। ਜੇ ਆਉਂਦਾ ਵਾ ਤਾਂ ਆਉਂਦਾ ਚੋਰੀ ਛੱਪੇ ਆਉਂਦਾ ਤਕੜੇ। ਤਹਿਸੀਲ ਖੇਮ ਕਰਨਾ ਜੀ। ਅਤੇ ਸਮੱਸਿਆਵਾਂ ਇੱਕ ਨਹੀਂ ਜੇ, ਬਹੁਤ ਜ਼ਿਆਦੀਆਂ ਜੇ। ਅਤੇ ਬਾਕੀ ਸਾਡਾ ਢੱਠਾ ਜੇ MLA ਸਾਹਿਬ ਨੂੰ ਮਿਲਿਆ ਤੁਸੀਂ ਕਿ ਮਿਲਣਾ? ਮਿਲਣਾ ਜੀ, ਚਾਰ ਪਿੰਡਾਂ ਨੂੰ ਉਹ ਪੁਲ ਪੈਂਦਾ ਜੇ, ਅਤੇ ਉਸੇ ਪੁਲ ਦੇ ਉੱਤੋਂ ਦੀ ਕੰਪੈਨ ਲੰਘਣੀ ਹੁੰਦੀ ਹੈ, ਅਤੇ ਉਹ ਪੁਲ ਉਦੋਂ ਰਲ ਮਿਲ ਕੇ ਢਵਾ ਦਿੱਤਾ ਵੀ ਬਣਾ ਦੇਣਾ। ਅਜੇ ਤੱਕ 3 ਸਾਲ ਹੋ ਗਏ, ਉਹ ਬਣਿਆ ਨਹੀਂ ਜੇ। ਅਸੀਂ ਰਿਸਕ ਦੇ ਵਿੱਚ ਦੀ ਬੱਚੇ ਲੈ ਕੇ 2-3 ਵਾਰ ਐਕਸੀਡੈਂਟ ਵੀ ਹੋ ਚੁੱਕਿਆ ਜੇ, ਅਤੇ ਆਪਣਾ ਸੱਟਾਂ ਵੀ ਲੱਗੀਆਂ ਜੇ, ਅਤੇ 1-2 ਜਾਨਾਂ ਵੀ ਗਈਆਂ ਉਹ ਪੁਲ 'ਤੇ। ਅਤੇ ਇਹ ਜਿਹੜੀ ਬੇਨਤੀ ਸਾਡੀ, ਅਤੇ ਸਰਦਾਰ ਭਗਵੰਤ ਸਿੰਘ ਮਾਨ ਤੱਕ, ਅਤੇ ਅਸੀਂ ਸਵਾਲ ਸੁਣ ਤੋਂ ਉਹਨਾਂ ਦੇ ਜ਼ਰੀਏ ਪਹੁੰਚਾਉਣਾ ਚਾਹੁੰਦੇ ਹਾਂ ਜੀ। ਅਤੇ ਇਹ ਨਹੀਂ ਸਾਡੀ ਜਿਹੜੀ ਬੇਨਤੀ ਸਵੀਕਾਰ ਕੀਤੀ ਜਾਵੇ, ਸਾਡੀਆਂ ਜਿਹੜੀਆਂ ਮੁਸ਼ਕਲਾਂ ਹੈ ਪਹਿਲ ਦੇ ਆਧਾਰ 'ਤੇ। ਇੱਕ ਦੂਜੀ ਗੱਲ ਹੋਰ ਵੀ ਆ, ਸਾਡੇ ਨੌਜਵਾਨ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਵਾਸਤੇ ਸਾਨੂੰ ਬਾਰਡਰ ਗੇਟਰ ਦੀ ਜਿਹੜੀ ਨਾ ਜ਼ਰੂਰਤ ਜਿਹੜੀ ਜ਼ਿਆਦਾ ਵਾ। ਬਾਰਡਰ ਗੇਟਰ ਹੋਵੇ, ਸਾਡਾ ਵੱਖਰਾ ਹੋਵੇ, ਸਾਡੀ ਭਰਤੀ ਜਿਹੜੀ ਵੱਖਰੀ ਹੋਵੇ, ਮਾਸਟਰਾਂ ਦੀ ਭਰਤੀ ਵੱਖਰੀ ਹੋਵੇ, ਡਾਕਟਰਾਂ ਦੀ ਵੱਖਰੀ ਭਰਤੀ ਹੋਵੇ, ਉਸ ਤੋਂ ਬਾਅਦ ਆ ਜਿਹੜੀ ਸਾਨੂੰ ਆਪਣਾ ਪੁਲਿਸ ਦੇ ਵਿੱਚ ਜਾਂ ਕਿਸੇ ਵੀ ਕੈਟਾਗਰੀ ਦੇ ਵਿੱਚ ਲੈਂਦੇ ਆ, ਮੁਲਾਜ਼ਮ ਵਰਗ ਕੋਈ ਵੀ ਬਣਦਾ, ਅਤੇ ਉਹ ਸਾਡੇ ਜਿਹੜਾ ਬਾਰਡਰ ਬੈਲਟ ਜਿਹੜੀ ਵੱਖਰੀ ਹੋਣੀ ਚਾਹੀਦੀ ਹੈ। ਇਹ ਸਾਡੀ ਪੁਰਜ਼ੋਰ ਮੰਗ ਹੈ, ਇਹ ਪਹਿਲ ਦੇ ਆਧਾਰ 'ਤੇ ਸਾਡੀ ਸਭ ਤੋਂ ਵੱਡੀ ਮੰਗ ਆ, ਜਿਹੜੀ ਬੇਰੁਜ਼ਗਾਰੀ ਨੂੰ ਠੱਲ ਪਾਉਣ ਵਾਸਤੇ।